ਹੈਲੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੀ ਹਾਲ ਚਾਲ ਤੁਹਾਡਾ ਸਭ ਦਾ? ਮੈਂ ਉਮੀਦ ਕਰਦੀ ਕਿ ਸਾਰੇ ਵਧੀਆ ਹੋਵੋਗੇ, ਠੀਕ ਠਾਕ ਹੋਵੋਗੇ। ਲਓ ਜੀ, ਫਿਰ ਅੱਜ ਦੀ ਵੀਡੀਓ ਆਪਾਂ ਕਰਦੇ ਹਾਂ ਸਟਾਰਟ। ਅਤੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਅੱਜ ਸਵੇਰ ਦੇ ਬਰਨਾਲੇ ਗਏ ਸੀਗੇ। ਬਰਨਾਲੇ ਥੋੜ੍ਹਾ ਕੰਮ ਸੀਗਾ ਅਤੇ ਕੁਛ ਸਮਾਨ ਵਗੈਰਾ ਲਿਆਏ। ਚਲੋ, ਘਰ ਦਾ ਛੋਟਾ ਮੋਟਾ ਸਮਾਨ ਹੁੰਦਾ ਜਿਹੜਾ ਯਾਦ ਨਹੀਂ ਰਹਿੰਦਾ, ਜਦੋਂ ਆਪਾਂ ਕਿਸੇ ਹੋਰ ਕੰਮ ਜਾਂਦੇ ਹਾਂ ਨਾ ਤਾਂ ਉਹ ਯਾਦ ਆ ਜਾਂਦਾ। ਫਿਰ ਆਪਾਂ ਸੋਚਦੇ ਵੀ ਚਲੋ ਲਈ ਲੈਂਦੇ ਹਾਂ ਨਾ, ਸਪੈਸ਼ਲ ਨਹੀਂ ਜਾਇਆ ਜਾਂਦਾ ਫਿਰ ਉਹਦੇ ਲਈ ਉਹ ਸਮਾਨ ਲਏ। ਅਤੇ ਬਾਕੀ ਫਿਰ ਸ਼ਾਮ ਪੈ ਗਈ, ਇੱਦਾਂ ਛੋਟਾ ਮੋਟਾ ਕੰਮ ਕਰਦੇ। ਉਹ ਬਿੱਲੀ ਦੇਖੋ ਇਹ ਘਰ ਹੀ ਰਹਿੰਦੀ ਆ। ਅਤੇ ਹੁਣ ਫਿਰ ਆਏ ਸੀਗੇ, ਮੈਂ ਕਿਹਾ ਚਲੋ ਫਰੈਸ਼ ਵਗੈਰਾ ਹੋ ਕੇ ਫਿਰ ਕਰਦੇ ਹਾਂ ਤੁਹਾਡੇ ਨਾਲ ਗੱਲ। ਅਤੇ ਥੋੜ੍ਹਾ ਖਾ ਪੀ ਵੀ ਲਿਆ, ਅਤੇ ਉੱਦਾਂ ਤੁਸੀਂ ਮੇਰੀ ਗੱਲ ਤੋਂ ਹੱਸੋਗੇ। ਤੁਸੀਂ ਮਤਲਬ ਮੈਨੂੰ ਦੇਖਣ ਵਾਲੇ ਸੋਚਦੇ ਹੋਣਗੇ ਵੀ ਮਨਦੀਪ ਖਾਂਦੀ ਨਹੀਂ ਹੈਗੀ ਬਿਲਕੁਲ, ਹੈ ਨਾ? ਪਰ ਮੈਂ ਬਹੁਤ ਜ਼ਿਆਦਾ ਖਾਣੀ ਹੈ। ਜਿੰਨੀ ਵਾਰੀ ਮੈਂ ਵੀਡੀਓ ਬਣਾਉਂਦੀ ਹਾਂ ਮੈਂ ਕੁਛ ਨਾ ਕੁਛ ਨਾ ਸਾਰਾ ਦਿਨ ਮਤਲਬ ਚੱਪਰ ਚੱਪਰ ਕਰਦੀ ਤੁਰੀ ਫਿਰਦੀ ਰਹਿੰਦੀ ਹਾਂ। ਮੇਰੀ ਆਦਤ ਹੈ ਕਿ ਮੈਂ ਮਤਲਬ ਕੋਈ ਕੰਮ ਕਰਾਂ ਮੈਨੂੰ ਨਾਲ ਨਾਲ ਖਾਣ ਦੀ ਬਹੁਤ ਜ਼ਿਆਦਾ ਆਦਤ ਹੁੰਦੀ ਹੈ। ਅਤੇ ਮਤਲਬ ਇਹ ਗੱਲ ਦਾ ਵਹਿਮ ਕਦੇ ਵੀ ਨਾ ਮਾਇੰਡ 'ਚ ਰੱਖਿਓ ਕਿ ਮੈਂ ਕੁਛ ਖਾਂਦੀ ਨਹੀਂ ਜਾਂ ਮੈਂ ਘੱਟ ਖਾਂਦੀ ਹਾਂ। ਮੇਰੀ ਖਾਣ ਦੀ ਬਹੁਤ ਜ਼ਿਆਦਾ ਕਪੈਸਿਟੀ ਆ, ਬਹੁਤ ਜ਼ਿਆਦਾ ਖਾਂਦੀ ਹਾਂ ਮੈਂ। ਬਸ ਥੋੜ੍ਹਾ ਜਿਹਾ ਮੈਂ ਤੁਹਾਨੂੰ ਦੱਸਿਆ ਕਿ ਵਰਕਆਊਟ ਜਿਹੜਾ ਆਪਾਂ ਉਸ ਤਰੀਕੇ ਨਾਲ ਕਰ ਲਈਏ, ਪਰ ਖਾਣਾ ਕਦੇ ਨਾ ਘੱਟ ਕਰੀਏ। ਜਿੰਨਾ ਕੁ ਖਾਂਦੇ ਹਾਂ ਉਨੇ ਕੁ ਹਿਸਾਬ ਨਾਲ ਆਪਾਂ ਕੰਮ ਕਰ ਲਈਏ। ਅਤੇ ਬਾਹਰ ਆਏ ਸੀ ਖੇਤਾਂ 'ਚ, ਜਿਹੜਾ ਪਿੱਛੇ ਹੈ ਨਾ ਗੇੜਾ ਉਹ ਵੀ ਬੜੇ ਟਾਈਮ ਬਾਅਦ ਲੱਗਦਾ ਗਾ। ਘਰ ਦੇ ਪਿੱਛੇ ਜਿੱਦਾਂ ਵਾਹਣ ਹੈਗੇ ਆ ਬੜੇ ਟਾਈਮ ਬਾਅਦ ਲੱਗਦਾ, ਨਹੀਂ ਜਿਵੇਂ ਮਤਲਬ ਕੋਲੇ ਹੈਗਾ ਵਾਹਣ, ਹਰਿਆਲੀ ਹੈਗੀ ਹੈ, ਬੰਦਾ ਰੋਜ਼ ਜਾਂਦਾ ਹੈ ਨਾ, ਰੋਜ਼ ਟਾਈਮ ਕੱਢਦਾ। ਮਤਲਬ ਇੱਥੇ ਵੀ ਗੇੜਾ ਲਾਉਣ ਲਈ ਨਾ ਟਾਈਮ ਕੱਢਣਾ ਪੈਂਦਾ, ਵੀ ਚੱਲ ਥੋੜ੍ਹਾ ਜਿਹਾ ਅੱਖਾਂ ਨੂੰ ਸਕੂਨ ਮਿਲਦਾ, ਉੱਦਾਂ ਵੀ ਫਰੈਸ਼ ਜਿਹੇ ਹੋ ਜਾਈਦਾ ਬਾਹਰ ਆ ਕੇ। ਅਤੇ ਹੁਣ ਵੀ ਪਾਪਾ ਇੱਧਰ ਹੀ ਸੀਗੇ ਤਾਂ ਕਰਕੇ, ਅਤੇ ਮੈਂ ਸੋਚਿਆ ਤੁਹਾਨੂੰ ਵੀ ਅੱਜ ਥੋੜ੍ਹਾ ਜਿਹਾ ਦਿਖਾਉਂਦੇ ਹਾਂ ਇੱਧਰ ਦੀ ਖੇਤਾਂ ਦੀ ਹਰਿਆਲੀ। ਲਓ ਜੀ, ਹੁਣ ਆਪਾਂ ਆ ਗਏ ਇੱਧਰ, ਪਾਪਾ ਜੀ ਆ ਗਏ, ਆਪਾਂ ਹੁਣ ਆ ਗਏ ਇੱਥੇ। ਤੁਸੀਂ ਕਹਿੰਦੇ ਹੁੰਦੇ ਹੋ ਕਿ ਕੋਈ ਗੱਲਬਾਤ ਆਪਾਂ ਜ਼ਰੂਰ ਕਰਿਆ ਕਰੀਏ ਨਾ। ਅਤੇ ਲਓ ਡੈਡੀ ਜੀ, ਫਿਰ ਪਹਿਲਾਂ ਤਾਂ ਤੁਸੀਂ ਦੱਸ ਦਿਓ ਕੀ ਹਾਲ ਚਾਲ ਆ। ਬਹੁਤ ਵਧੀਆ ਬੇਟੇ, ਬਹੁਤ ਵਧੀਆ। ਚਲੋ, ਵਧੀਆ ਹੀ ਚਾਹੀਦਾ ਕਹਿੰਦੇ ਹੁੰਦੇ ਨਾ। ਅਤੇ ਆਪਾਂ ਹੁਣ ਡੈਡੀ ਅੱਜ ਕੋਈ ਗੱਲ ਸਾਂਝੀ ਕਰਨੀ ਆ ਆਪਣੇ ਵਿਊਅਰਸ ਦੇ ਨਾਲ। ਵਧੀਆ ਜੀ ਗੱਲ ਜਿਹਦੇ ਵਿੱਚੋਂ ਆਪਾਂ ਨੂੰ ਕੋਈ ਸਿੱਖਿਆ ਮਿਲੇ, ਮਤਲਬ ਮੋਟੀਵੇਸ਼ਨਲ ਹੋਵੇ ਕੋਈ ਵੀ ਚੀਜ਼ ਹੈ, ਕੋਈ ਨਾ ਤੁਸੀਂ ਚੇਤਾ ਕਰ ਲਓ। ਕਈ ਵਾਰ ਕੋਈ ਮਾਇੰਡ 'ਚ ਹੁੰਦੀ ਹੈ ਗੱਲ ਪਰ ਹੁਣ ਤੁਹਾਨੂੰ ਯਾਦ ਨਾ ਆ ਰਹੀ ਹੋਵੇ, ਕਿਉਂਕਿ ਤੁਸੀਂ ਪੜ੍ਹਦੇ ਰਹਿੰਦੇ ਹੋ। ਬਾਕੀ ਆਪਣੀ ਜੀਵਨੀ 'ਚ ਆਪਣਾ ਜੀਵਨੀ ਦੇਖੋ ਉਹ ਹੁੰਦਾ ਨਾ। ਹਾਂ ਮੇਰੇ ਬੇਟੇ, ਆਪਣੀ ਜੀਵਨ ਦੇ ਵਿੱਚ ਮੈਂ ਕਿਤਾਬਾਂ ਪੜ੍ਹਨ ਦਾ ਸ਼ੌਕ ਰੱਖਦਾ ਸੀ। ਇਸ ਸੰਬੰਧ ਮੈਂ ਵਿੱਚ ਮੈਂ ਬਰਨਾਲਾ ਜ਼ਿਲ੍ਹੇ ਦੇ ਵਿੱਚ ਪੱਖੋ ਕਲਾਂ ਦਾ ਇੱਕ ਅਜੀਤ ਸਿੰਘ ਜੀ ਹੌਲਦਾਰ ਹੋਇਆ, ਜਿਹੜਾ ਬਹੁਤ ਹੀ ਸੂਝਵਾਨ ਬੰਦਾ ਸੀ। ਉਹਨੇ ਕਿਤਾਬ ਲਿਖੀ ਸੀ ਨਿੱਕੇ ਨਿੱਕੇ ਕਾਸ਼, ਮੈਂ ਉਹਦੇ ਵਿੱਚ ਇੱਕ ਕਹਾਣੀ ਪੜ੍ਹੀ, ਮੈਨੂੰ ਮੇਰੇ ਮਨ ਨੂੰ ਬੜਾ ਟੁੰਬਿਆ ਉਸ ਕਹਾਣੀ ਨੂੰ। ਪੱਖੋ ਕਲਾਂ ਦਾ? ਪੱਖੋ ਕਲਾਂ ਬਰਨਾਲੇ ਜ਼ਿਲ੍ਹੇ। ਕੀ ਨਾਮ ਉਹਦਾ? ਅਜੀਤ ਸਿੰਘ ਹੌਲਦਾਰ। ਠੀਕ ਹੈ, ਜਥੇਦਾਰ ਅਜੀਤ ਸਿੰਘ ਹੌਲਦਾਰ ਉਹਦਾ ਨਾਂ ਹੈ। ਅਤੇ ਉਹਨਾਂ ਦੇ ਨਾਂ 'ਤੇ ਕਾਫੀ ਵਿੱਦਿਆ ਬੁੱਧਿਆ ਦੇ ਉਹਨੇ ਉਪਰਾਲੇ ਕੀਤੇ, ਸਕੂਲ ਵੀ ਚੱਲ ਰਿਹਾ ਅੱਜ ਵੀ, ਉਹਨਾਂ ਦੇ ਨਾਂ 'ਤੇ ਸਕੂਲ ਚੱਲ ਰਿਹਾ। ਉਹ ਇੱਕ ਵਾਰੀ ਉਸ ਬੰਦੇ ਨਾਲ ਮੈਨੂੰ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਅਤੇ ਉਹਨੇ ਮੈਨੂੰ ਇੱਕ ਕਿਤਾਬ ਭੇਟ ਕਰੀ ਨਿੱਕੇ ਨਿੱਕੇ ਕਾਸ਼, ਮੈਂ ਪੜ੍ਹੀ। ਹਾਂ ਉਹ ਮੈਂ ਤੁਹਾਡੇ ਕੋਲ ਕਈ ਵਾਰੀ ਦੇਖੀ ਹੈ। ਹਾਂ ਉਹ ਕਿਤਾਬ ਮੈਂ ਪੜ੍ਹੀ, ਉਹ ਕਿਤਾਬ ਦੇ ਵਿੱਚ ਸਾਰੀਆਂ ਕਹਾਣੀਆਂ ਬਹੁਤ ਹੀ ਸ਼ਾਨਦਾਰ ਅਤੇ ਅੱਜ ਦੇ ਜੀਵਨ ਨਾਲ, ਅੱਜ ਦੇ ਹਾਲਾਤਾਂ ਨਾਲ ਢੁਕਵੀਆਂ ਸੀ, ਪਰ ਉਹਦੇ ਵਿੱਚੋਂ ਇੱਕ ਕਹਾਣੀ ਜੋ ਮੇਰੇ ਮਨ 'ਤੇ ਗਹਿਰਾ ਅਸਰ ਛੱਡ ਗਈ, ਮੈਂ ਉਹ ਤੁਹਾਡੇ ਨਾਲ ਅੱਜ ਸਾਂਝੀ ਕਰਨ ਲੱਗੇ ਬੇਟੇ। ਚਲੋ ਜੀ, ਕਰੋ ਸਾਂਝੀ ਫਿਰ। ਉਹ ਕੀ ਸੀ, ਇੱਕ ਵਾਰੀ ਕਿਸੇ ਦੇਸ਼ ਦੇ ਰਾਸ਼ਟਰਪਤੀ ਨੇ ਨਾ ਆਪਣੇ ਸਾਰੇ ਹੀ DC ਸਾਹਿਬਾਨ ਨਾਲ ਖਾਣਾ ਖਾਣ ਦੀ ਇੱਛਾ ਜ਼ਾਹਰ ਕਰੀ। ਰਾਸ਼ਟਰਪਤੀ ਨੇ? ਰਾਸ਼ਟਰਪਤੀ ਨੇ। ਅੱਛਾ ਠੀਕ ਹੈ, ਕਿਉਂਕਿ ਰਾਸ਼ਟਰਪਤੀ ਕੋਈ ਛੋਟਾ ਮੋਟਾ ਬੰਦਾ ਨਹੀਂ ਮੰਨਦਾ, ਬੜੇ ਸੂਝਵਾਨ ਬੰਦੇ ਹੁੰਦੇ ਨੇ। ਉਹਨੂੰ ਇਹ ਪਤਾ ਸੀ ਵੀ ਦੇਸ਼ ਨੂੰ ਚਲਾਉਣ ਵਾਸਤੇ ਜ਼ਿਆਦਾ ਡਿਪਟੀ ਕਮਿਸ਼ਨਰ ਸਾਹਿਬ ਅਤੇ ਅਫਸਰ ਸ਼ਾਹੀ ਹੁੰਦੇ, ਉਹਨੇ ਸਿੱਧਾ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਓਕੇ, ਅਤੇ ਸਾਰੇ DC ਨੂੰ ਸੱਦਾ ਪੱਤਰ ਦਿੱਤਾ। ਉਹ ਸੱਦਾ ਪੱਤਰ ਦਿੱਤਾ, ਸੱਦਾ ਪੱਤਰ ਦੇ ਵਿੱਚ ਉਹਨੇ ਇਹ ਕਿਹਾ ਵੀ ਤੁਹਾਡੇ ਮਾਂ ਬਾਪ ਨੂੰ, ਤੁਹਾਡੇ ਬਾਪ ਨੂੰ ਜ਼ਰੂਰ ਨਾਲ ਲੈ ਕੇ ਆਉਣਾ ਗਾ। ਅੱਛਾ, ਸਾਰੇ DC ਨੇ ਖੁਸ਼ੀ ਜ਼ਾਹਰ ਕੀਤੀ ਵੀ ਅੱਜ ਬੜੀ ਖੁਸ਼ੀ ਦੀ ਗੱਲ ਹੈ ਵੀ ਸਾਡੇ ਰਾਸ਼ਟਰਪਤੀ ਅਤੇ ਸਾਡੇ ਬਾਪ ਨਾਲ ਵੀ
ਬੈਠ ਕੇ ਖਾਣਾ ਖਾਣ ਦੀ ਇੱਛਾ ਯਾਰ ਕਰ ਰਹੇ ਨੇ, ਬੜੇ ਖੁਸ਼ ਹੋਏ। ਸਾਰੇ ਡੀਸੀਆਂ ਨੇ ਆਪਣੇ ਬਾਪ ਵਾਸਤੇ ਚੰਗੇ ਕੋਟ ਪੈਂਟ ਚੰਗੇ ਬਹੁਤ ਵਧੀਆ ਪੁਸ਼ਾਕਾਂ ਉਹਨਾਂ ਨੂੰ ਸਮਾ ਕੇ ਦਿੱਤੀਆਂ ਵੀ ਰਾਸ਼ਟਰਪਤੀ ਸਾਹਿਬ ਆਉਣਗੇ। ਪਰ ਇੱਕ ਡਿਪਟੀ ਕਮਿਸ਼ਨਰ ਸਾਹਿਬ ਸੀ ਜਿਹੜਾ ਉਹਨਾਂ ਦਾ ਬਾਪ ਅਨਪੜ੍ਹ ਸੀ, ਜਦੋਂ ਉਹਨੂੰ ਡੀ ਸੀ ਸਾਹਿਬ ਨੇ ਕੋਟ ਪੈਂਟ ਪਾ ਕੇ ਦਿੱਤਾ, ਪਰ ਉਹ ਆਪਣਾ ਵਿਰਸਾ ਸੰਭਾਲ ਅਤੇ ਸੱਭਿਆਚਾਰ ਨੂੰ ਪ੍ਰੇਮ ਕਰਦਾ ਸੀ, ਉਹ ਕੋਟ ਪੈਂਟ ਪਾ ਕੇ ਨਹੀਂ ਰਾਜੀ ਸੀ ਅਤੇ ਉਹ ਧੋਤੀ ਅਤੇ ਪੰਜਾਬੀ ਪਹਿਰਾਵਾ ਪਹਿਨ ਕੇ ਰਾਜੀ ਸੀ। ਜਦੋਂ ਉਹ ਬੁਲਾਇਆ ਗਿਆ ਡੀ ਸੀ ਸਾਹਿਬ ਨੇ ਕਿਹਾ ਡੈਡੀ ਆਹ ਕੋਟ ਅਤੇ ਪੈਂਟ ਪਾ ਲਓ। ਉਹ ਕਹਿੰਦਾ ਭਾਈ ਰਾਸ਼ਟਰਪਤੀ ਆਉਣਗੇ ਜ਼ਰੂਰ, ਪਰ ਮੈਨੂੰ ਆਪਣੇ ਸੱਭਿਆਚਾਰ ਨਾਲ ਬਹੁਤ ਪ੍ਰੇਮ ਹੈ, ਮੈਨੂੰ ਆਪਣੇ ਸੱਭਿਆਚਾਰ ਤੋਂ ਨਾ ਨਖੇੜ, ਮੈਨੂੰ ਆਪਣੇ ਪਹਿਰਾਵੇ ਨਾਲ ਬਹੁਤ ਪ੍ਰੇਮ ਹੈ। ਚਲੋ ਉਹਨੇ ਮੰਨਿਆ, ਇਕੱਲਾ ਕੋਟ ਪਾ ਲਿਆ। ਅੱਛਾ। ਅਤੇ ਉਹ ਜਿਹੜੇ ਆਪਣਾ ਪਾਉਂਦੇ ਧੋਤੀ ਕਹਿੰਦੇ ਨੇ ਆਪਣੇ ਧੋਤੀ, ਉਹ ਧੋਤੀ ਪਹਿਨੀ ਹੋਈ 'ਤੇ ਪਹੁੰਚਿਆ ਅਤੇ ਉਹ ਡੀ ਸੀ ਘਬਰਾ ਰਿਹਾ ਸੀ ਵੀ ਸਾਰੇ ਡੀ ਸੀ ਸਾਹਿਬ ਦੇ ਫਾਦਰ ਸਾਹਿਬ ਨੇ ਉਹ ਡੈਡੀ ਨੇ ਚੰਗੇ ਕੋਟ ਪਹਿਨਿਆ, ਸੱਜਣੇ ਵੀ ਮੇਰਾ ਡੈਡੀ ਹੈ ਜਿਹੜਾ ਇਹ ਕੋਟ ਦੇ ਨਾਲ ਅਤੇ ਇਕੱਲਾ ਧੋਤੀ ਪਹਿਨੀ ਹੋਈ ਹੈ। ਅੱਛਾ। ਪਰ ਡੀ ਸੀ ਸਾਹਿਬ ਰਾਸ਼ਟਰਪਤੀ ਜੋ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਮਿਲਦੇ ਮਿਲਦੇ ਉਸ ਆਪਣਾ ਅਨਪੜ੍ਹ ਜੀ ਧੋਤੀ ਪਹਿਨੇ ਉਹਦੇ ਕੋਲ ਆਏ, ਉਹਦੇ ਕੋਲ ਆਏ ਤਾਂ ਡਿਪਟੀ ਕਮਿਸ਼ਨਰ ਸਾਹਿਬ ਉੱਠ ਕੇ ਰਾਸ਼ਟਰਪਤੀ ਕੋਲ ਸੋਰੀ ਸਰ, ਕਹਿੰਦੇ ਮੇਰੇ ਡੈਡੀ ਅਨਪੜ੍ਹ ਨੇ। ਅੱਛਾ। ਇਸ ਕਰਕੇ ਇਹਨਾਂ ਨੇ ਪੈਂਟ ਨਹੀਂ ਪਾਈ ਜੀ, ਆਪਦੇ ਵਿਰਸੇ ਨਾਲ ਪ੍ਰੇਮ ਕਰਦੇ ਨੇ। ਅੱਛਾ। ਉਹ ਰਾਸ਼ਟਰਪਤੀ ਡਿਪਟੀ ਕਮਿਸ਼ਨਰ ਸਾਹਿਬ ਨੂੰ ਕਹਿੰਦਾ ਡੀ ਸੀ ਸਾਹਿਬ ਤੁਹਾਡੇ ਡੈਡੀ ਅਨਪੜ੍ਹ ਨਹੀਂ, ਤੁਹਾਡੇ ਡੈਡੀ ਪੜ੍ਹੇ ਲਿਖੇ ਨੇ, ਕੀ ਹੋਇਆ ਇਹਨਾਂ ਕੋਲ ਸਰਟੀਫਿਕੇਟ ਨਹੀਂ ਹੈ ਤਾਂ, ਇਹ ਪੜ੍ਹੇ ਲਿਖੇ ਨੇ। ਜਿਸ ਬੰਦੇ ਦੀ ਭਾਵੇਂ ਉਹ ਅਨਪੜ੍ਹ, ਜਿਸ ਬੰਦੇ ਦੀ ਸੋਚ ਐਡੀ ਵੱਡੀ ਹੈ ਤੁਹਾਨੂੰ ਪੜ੍ਹਾ ਕੇ ਇਸ ਮੰਜ਼ਿਲ 'ਤੇ ਪੜ੍ਹਾ ਕੇ ਡਿਪਟੀ ਕਮਿਸ਼ਨਰ ਲਾਤਾ, ਉਹ ਬੰਦਾ ਕਿਵੇਂ ਅਨਪੜ੍ਹ ਹੋ ਸਕਦਾ? ਸਰਟੀਫਿਕੇਟਾਂ ਨਾਲ ਕੋਈ ਵਿੱਦਿਆ ਹਾਸਲ ਨਹੀਂ ਕੀਤੀ ਜਾ ਸਕਦੀ, ਉਹ ਬੰਦਾ ਕਿਵੇਂ ਅਨਪੜ੍ਹ ਹੋ ਸਕਦਾ? ਉਹਨਾਂ ਨੇ ਕਿਹਾ ਕਿ ਤੁਹਾਡੇ ਡੈਡੀ ਅਨਪੜ੍ਹ ਨਹੀਂ, ਅਨਪੜ੍ਹ ਤਾਂ ਇਹਨਾਂ ਦੇ ਡੈਡੀ ਸੀ ਜਿਨ੍ਹਾਂ ਨੇ ਇਹਨਾਂ ਨੂੰ ਨਹੀਂ ਪੜ੍ਹਾਇਆ, ਕਿ ਤੁਹਾਡੇ ਡੈਡੀ ਅਨਪੜ੍ਹ ਹੋਣ ਦੇ ਬਾਵਜੂਦ ਵੀ ਪੜ੍ਹੇ ਲਿਖੇ ਨੇ, ਜਿਨ੍ਹਾਂ ਨੇ ਤੁਹਾਨੂੰ ਪੜ੍ਹਾ ਕੇ ਲਿਖਾ ਕੇ ਇਸ ਮੰਜ਼ਿਲ 'ਤੇ ਡਿਪਟੀ ਕਮਿਸ਼ਨਰ ਦੇ ਅਹੁਦੇ 'ਤੇ ਪਹੁੰਚਾਇਆ। ਬਿਲਕੁਲ। ਇਸ ਕਰਕੇ ਉਹਨੂੰ ਬੜਾ ਮਾਣ ਸਨਮਾਨ ਦਿੱਤਾ ਵੀ ਜਿਹੜਾ ਡਿਪਟੀ ਕਮਿਸ਼ਨਰ ਹੈ ਮਹਿਸੂਸ ਕਰ ਰਿਹਾ ਸੀ। ਫਿਰ ਰਾਸ਼ਟਰਪਤੀ ਨੇ ਫਿਰ ਕਿਹਾ, ਕਹਿੰਦਾ ਇਹਨੂੰ ਆਪਣੇ ਸੱਭਿਆਚਾਰ ਨਾਲ ਪ੍ਰੇਮ ਹੈ, ਇਹ ਆਪਣਾ ਸੱਭਿਆਚਾਰ ਨਹੀਂ ਛੱਡ ਰਿਹਾ, ਗਿਆਨ ਕਿਤਾਬਾਂ ਨਾਲ ਵੀ ਹੁੰਦਾ, ਕਿਉਂਕਿ ਮੈਂ ਆਪ ਕਿਤਾਬ ਪੜ੍ਹੀ, ਮੈਂ ਉਸਦੇ ਵਿੱਚੋਂ ਜਿਹੜੀ ਤੁਹਾਨੂੰ ਕਹਾਣੀ ਸੁਣਾਈ ਹੈ ਨਾ, ਇਹ ਮੈਨੂੰ ਕਿਤਾਬਾਂ 'ਚੋਂ ਮਿਲੀ ਹੈ। ਪਰ ਕਈ ਗਿਆਨ ਅਜਿਹੇ ਨੇ ਜਿਵੇਂ ਆਪਾਂ ਆਹ ਗੱਲ ਸਾਂਝੀ ਕਰੀਏ ਨਾ, ਇਹ ਵੀ ਗਿਆਨ ਦਾ ਇੱਕ ਅਮੁੱਲ ਖਜ਼ਾਨਾ ਹੈ ਜਿਹੜਾ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੋਈ ਹੈ, ਭਾਵੇਂ ਉਹ ਅਨਪੜ੍ਹ ਉਹਦੇ ਕੋਲ ਸਰਟੀਫਿਕੇਟ ਨਹੀਂ ਹਨ, ਪਰ ਫਿਰ ਵੀ ਉਹ ਪੜ੍ਹੇ ਲਿਖੇ ਨੇ ਜਿਨ੍ਹਾਂ ਨੇ ਐਡੀ ਵੱਡੀ ਗੱਲ ਨਾ ਸੇਧ ਦਿੱਤੀ ਅਤੇ ਜਿਹੜੀ ਮੇਰੇ ਮਨ 'ਤੇ ਇੰਨਾ ਗਹਿਰਾ ਪ੍ਰਭਾਵ ਛੱਡ ਗਈ। ਮੈਨੂੰ ਉਮੀਦ ਹੈ ਵੀ ਜਿਹੜਾ ਵੀ ਇਸ ਨੂੰ ਧਿਆਨ ਨਾਲ ਸੁਣੂਗਾ ਅਤੇ ਸਮਝੂਗਾ ਉਹਦੇ ਮਨ 'ਤੇ ਵੀ ਜ਼ਰੂਰ ਪ੍ਰਭਾਵ ਪਾਊਗਾ। ਮਤਲਬ ਕਹਿਣ ਤੋਂ ਭਾਵ ਤੁਹਾਡਾ ਇਹ ਹੈ ਵੀ ਸੂਰਤ ਦੇ ਨਾਲੋਂ ਸਾਡੀ ਸੀਰਤ ਚੰਗੀ ਹੋਣੀ ਚਾਹੀਦੀ ਹੈ। ਬਿਲਕੁਲ ਬਿਲਕੁਲ, ਸੂਰਤ ਨਾਲੋਂ ਸਾਡੀ ਸੀਰਤ, ਬਿਲਕੁਲ। ਔਰ ਇਹ ਜਿਹੀਆਂ ਅਸੀਂ ਜਿਹੜੀਆਂ ਆਮ ਕਹਾਣੀਆਂ ਸੁਣਦੇ ਹਾਂ ਉਹਨਾਂ ਵਿੱਚੋਂ ਵੀ ਅਸੀਂ ਆਮ ਸਾਡੇ ਜਿਹੜੇ ਵੱਡੇ ਬਜ਼ੁਰਗ ਹੀ ਗੱਲਾਂ ਕਹਿੰਦੇ ਆ, ਸਿਆਣੇ ਗੱਲਾਂ ਕਰਦੇ ਆ ਵੀ ਜਦੋਂ ਬੰਦੇ ਦੀ ਸੀਰਤ ਚੰਗੀ ਹੈ ਨਾ ਤਾਂ ਉਹਨੂੰ ਸੂਰਤ ਵੱਲ ਧਿਆਨ ਦੇਣ ਦੀ ਲੋੜ ਨਹੀਂ ਹੈਗੀ, ਕਿਉਂਕਿ ਤੁਹਾਡਾ ਪ੍ਰਭਾਵ ਜਿਹੜਾ ਜ਼ਿਆਦਾ ਪ੍ਰਭਾਵ ਜਿਹੜਾ ਅਸਲ ਪ੍ਰਭਾਵ ਹੈ ਨਾ ਉਹ ਤੁਹਾਡਾ ਸੀਰਤ ਦੇ ਨਾਲ ਪੈਣਾ, ਨਾ ਕਿ ਸੂਰਤ ਦੇ ਨਾਲ। ਅਸੀਂ ਆਮ ਕਰਕੇ ਅੱਜ ਕੱਲ੍ਹ ਦਾ ਸਮਾਂ ਇੱਦਾਂ ਦਾ ਆਇਆ ਸੀ ਕਹਿੰਦੇ ਸ਼ਕਲ ਸੋਹਣੀ ਹੋਵੇ, ਪਰ ਸ਼ਕਲ ਦਾ ਮੁੱਲ ਉਦੋਂ ਪੈਂਦਾ ਜੇ ਤੁਹਾਡੀ ਅਕਲ ਸੋਹਣੀ ਹੈ, ਜੇ ਤੁਹਾਡੀ ਅਕਲ ਸੋਹਣੀ ਨਹੀਂ ਹੈਗੀ ਤਾਂ ਸ਼ਕਲ ਦਾ ਮੁੱਲ ਕੋਈ ਨਹੀਂ ਪੈਣਾ। ਅਤੇ ਵਧੀਆ ਜਿਹੜਾ ਪਾਪਾ ਜੀ ਨੇ ਆਪਾਂ ਨੂੰ ਜਿਹੜੇ ਇਹ ਕਹਾਣੀ ਦੇ ਰਾਹੀਂ ਸਮਝਾਈ ਹੈ ਇਹ ਗੱਲ ਵੀ ਜਦੋਂ ਤੁਹਾਡੀ ਸੀਰਤ ਸੋਹਣੀ ਹੈ ਤਾਂ ਤੁਹਾਨੂੰ ਪਹਿਰਾਵਾ ਕੋਈ ਮਾਇਨੇ ਨਹੀਂ ਰੱਖਦਾ, ਤੁਹਾਡੇ ਕਿਸ ਤਰ੍ਹਾਂ ਦਾ ਪਹਿਰਾਵਾ ਪਾਇਆ ਹੋਇਆ। ਪਰ ਹੁਣ ਦੇ ਸਮੇਂ 'ਚ ਸਾਨੂੰ ਇਸ ਗੱਲ ਦਾ ਬਹੁਤ ਖੇਦ ਹੁੰਦਾ ਵੀ ਅੱਜ ਦੇ ਸਮੇਂ 'ਚ ਅਸੀਂ ਦੇਖਦੇ ਕੀ ਹਾਂ ਵੀ ਇਹਦਾ ਪਹਿਰਾਵਾ ਕਿੱਦਾਂ ਦਾ। ਅਸੀਂ ਕਹਿੰਦੇ ਹਾਂ ਜੀ ਅਸੀਂ ਬੰਦਾ ਜੱਜ ਕਰ ਲਿਆ ਇਹਦੇ ਪਹਿਰਾਵੇ ਤੋਂ, ਕਹਿੰਦੇ ਕਬਰ ਤੋਂ ਕਦੇ ਵੀ ਕਿਸੇ ਬੁੱਕ ਨੂੰ ਜੱਜ ਨਹੀਂ ਕਰੀਦਾ ਹੁੰਦਾ, ਉਹ ਗੱਲ ਹੈਗੀ ਇੱਥੇ, ਕਬਰ ਤੋਂ ਕਦੇ ਵੀ ਕਿਸੇ ਬੰਦੇ ਨੂੰ ਜੱਜ ਨਹੀਂ ਕਰੀ ਦਿੰਦਾ। ਹੋ ਸਕਦਾ ਜਿਸ ਤਰ੍ਹਾਂ ਉਸਦਾ ਪਹਿਰਾਵਾ ਦੇਖ ਰਹੇ ਹਾਂ ਉਹ ਅੰਦਰੋਂ ਨਾ ਹੋਵੇ, ਇਸ ਕਰਕੇ ਜੱਜਮੈਂਟ ਹੈ ਜਿਹੜੀ ਬੜੀ ਬੜੀ ਜਲਦੀ ਲਾ ਲੈਂਦੇ ਅਸੀਂ ਕਿਸੇ ਬੰਦੇ ਦੀ, ਉਹ ਜਿਹੜੀ ਸਾਨੂੰ ਨਹੀਂ ਲਾਉਣੀ ਚਾਹੀਦੀ। ਬਹੁਤ ਵਧੀਆ ਜਿਹੜੀ ਤੁਸੀਂ ਸਾਨੂੰ ਜਿਹੜੀ ਅੱਜ ਕਹਾਣੀ ਸੁਣਾਈ ਹੈਗੀ,
ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀ ਅੱਜ ਜਿਹੜੀ ਪਾਪਾ ਜੀ ਦੀ ਇਹ ਗੱਲਬਾਤ ਆ ਵਧੀਆ ਲੱਗੀ ਹੋਊਗੀ। ਇਹ ਮੈਂ ਥੋੜ੍ਹੀ ਜਿਹੀ ਵੀਡੀਓ ਮੈਂ ਅੱਜ ਤਾਂ ਮੇਰੇ ਮਾਇੰਡ 'ਚ ਆਈ ਕਿਉਂਕਿ ਕਈ ਵਿਊਰਸ ਦੀ ਡਿਮਾਂਡ ਸੀਗੀ ਕਿ ਤੁਸੀਂ ਇਸ ਤਰ੍ਹਾਂ ਦੀ ਵੀਡੀਓ ਜ਼ਰੂਰ ਲੈ ਕੇ ਆਇਆ ਕਰੋ, ਅਤੇ ਮੈਨੂੰ ਵੀ ਤੁਹਾਨੂੰ ਸਹੀ ਦੱਸਾਂ ਕਿ ਵਧੀਆ ਲੱਗਦਾ ਅਤੇ ਨਾਲੇ ਵੱਡਿਆਂ ਦੇ ਨਾਲ ਟਾਈਮ ਸਪੈਂਡ ਕਰਨ ਦਾ ਜਿਹੜਾ, ਵੈਸੇ ਵੀ ਮੈਂ ਟਾਈਮ ਕੱਢ ਲੈਂਦੀ ਹਾਂ ਤੁਹਾਨੂੰ ਸਹੀ ਦੱਸਾਂ, ਉੱਦਾਂ ਟਾਈਮ ਜਿਹੜਾ ਬੜਾ ਮੁਸ਼ਕਲ ਹੁੰਦਾ। ਹੁਣ ਤੁਹਾਨੂੰ ਪਤਾ ਅੱਜ ਕੱਲ੍ਹ ਮੈਂ ਜਿਵੇਂ ਪਹਿਲਾਂ ਗੱਲ ਕਰਕੇ ਹਟੀ ਹਾਂ ਵੀ ਜਿੰਨੀਆਂ ਸਾਡੇ ਕੋਲ ਸਹੂਲਤਾਂ ਹੋ ਗਈਆਂ ਸੀ ਉਨੇ ਬਿਜ਼ੀ ਹੋ ਗਏ। ਕਮਾਲ ਦੀ ਗੱਲ ਹੈ ਕਿ ਅੱਗੇ ਸਾਡੇ ਕੋਲ ਸਹੂਲਤਾਂ ਨਹੀਂ ਸੀ, ਹੱਥੀਂ ਕੰਮ ਕਰਦੇ ਸੀ, ਮੈਨੂਅਲੀ ਸਾਰਾ ਕੰਮ ਹੁੰਦਾ ਸੀਗਾ। ਉਦੋਂ ਅਸੀਂ ਹਲੇ ਆਪਣੇ ਪਰਿਵਾਰ 'ਚ ਇਕੱਠੇ ਬੈਠ ਕੇ ਟਾਈਮ ਕੱਢ ਲੈਂਦੇ ਹੁੰਦੇ ਸੀ ਬੈਠਣ ਦਾ, ਗੱਲਾਂ ਬਾਤਾਂ ਕਰਨ ਦਾ, ਅਤੇ ਹੁਣ ਉਹ ਸਮਾਂ ਜਿੰਨੇ ਅਸੀਂ ਸੌਖੇ ਹੋ ਗਏ ਉਨੇ ਹੀ ਅਸੀਂ ਬਿਜ਼ੀ ਹੋ ਚੁੱਕੇ ਹਾਂ। ਬਟ ਮੈਨੂੰ ਐਂ ਲੱਗ ਰਿਹਾ ਹੈ ਕਿ ਤੇਰਾ ਇੰਨਾ ਸ਼ਡਿਊਲ ਬਿਜ਼ੀ ਹੈ, ਤੂੰ ਸਾਡੇ ਨਾਲ ਗੱਲਾਂ ਕੱਢਣ ਦਾ ਫਿਰ ਵੀ ਟਾਈਮ ਕੱਢ ਲੈਂਦਾ, ਤੇਰੇ ਕੋਲ ਟਾਈਮ ਸਰਪਲਸ ਕਿਵੇਂ ਹੋ ਜਾਂਦਾ ਸਾਡੇ ਨਾਲ ਗੱਲਾਂ ਕਰਨ? ਕੀ ਅੱਜ ਕੱਲ੍ਹ ਦੇ ਜਿਹੜੇ ਨੌਜਵਾਨ ਨੇ ਜਾਂ ਅੱਜ ਕੱਲ੍ਹ ਦਾ ਜਿਹੜਾ ਪਰਿਵਾਰ ਹੈ ਆਪਦੇ ਵੱਡਿਆਂ ਤੋਂ ਬਜ਼ੁਰਗਾਂ ਤੋਂ ਮੁਨੱਕਰ ਹੋ ਰਿਹਾ? ਡੈਡੀ ਦੇਖੋ, ਤੁਹਾਡੇ ਵਾਂਗੂ ਥੋੜ੍ਹਾ ਜਿਹਾ ਮੈਨੂੰ ਵੀ ਜ਼ਿਆਦਾ ਭਾਸ਼ਣ ਦਿੱਤਾ ਜਾਂਦਾ ਕਿਸੇ ਨਾ ਕਿਸੇ ਗੱਲ 'ਤੇ। ਇਹ ਗੱਲ ਜਿਹੜਾ ਵਿਸ਼ਾ ਤੁਸੀਂ ਛੇੜ ਲਿਆ ਨਾ, ਇਹ ਤਾਂ ਲੰਮੀ ਗੱਲਬਾਤ ਛੇੜੂਗੀ, ਨਹੀਂ ਆਪਾਂ ਕਿਤੇ ਫੇਰ ਕਰਾਂਗੇ ਬਜ਼ੁਰਗਾਂ ਵਾਲੀ ਗੱਲ। ਹੁਣ ਡੈਡੀ ਨੇ ਜਿਹੜੀ ਯਾਦ ਕਰਵਾਤੀ, ਇਹ ਵਿਸ਼ਾ ਵੀ ਆਪਾਂ ਕਿਤੇ ਨਾ ਕਿਤੇ ਜ਼ਰੂਰ ਰੱਖਾਂਗੇ ਕਿ ਕਾਫੀ ਲੰਮੀ ਗੱਲਬਾਤ ਚਲੀ ਜਾਣੀ ਹੈ, ਅਤੇ ਕਿਉਂਕਿ ਥੋੜ੍ਹੇ ਸ਼ਬਦਾਂ ਵਿੱਚ ਇਹ ਕਿਹਾ ਨਹੀਂ ਜਾਣਾ, ਬਹੁਤ ਜ਼ਰੂਰੀ ਗੱਲ ਹੈ। ਪਰ ਇਹ ਮੈਂ ਤੁਹਾਨੂੰ ਦੱਸਾਂ, ਅਤੇ ਅੱਜ ਦੀ ਆਪਾਂ ਵੀਡੀਓ ਫਿਰ ਇੱਥੇ ਸਮਾਪਤ ਕਰਦੇ ਹਾਂ, ਕਿਉਂਕਿ ਮੈਨੂੰ ਪਤਾ ਜ਼ਿਆਦਾ ਜਦੋਂ ਲੰਬੀ ਵੀਡੀਓ ਹੋ ਜਾਂਦੀ ਹੈ ਨਾ, ਵਿਊਰਸ ਥੋੜ੍ਹੇ ਕੀ ਹੈ ਵਿੱਚੋਂ ਸਕਿੱਪ ਕਰ ਦਿੰਦੇ ਆ ਜਾਂ ਫਿਰ ਕੱਟ ਦਿੰਦੇ ਆ, ਮਤਲਬ ਕੋਈ ਵੀ ਮਤਲਬ ਇੰਨਾ ਸਭ ਦਾ ਟਾਈਮ ਕੀਮਤੀ ਹੁੰਦਾ। ਮੈਂ ਤੁਹਾਨੂੰ ਸਹੀ ਦੱਸਾਂ, ਜਿਵੇਂ ਅਸੀਂ ਆਪਣੇ ਸਮੇਂ ਦੀ ਗੱਲ ਕਰਦੇ ਹਾਂ, ਤੁਹਾਡਾ ਟਾਈਮ ਵੀ ਉਨਾ ਹੀ ਕੀਮਤੀ ਹੈ, ਅਤੇ ਸਮੇਂ ਦੀ ਬੱਚਤ ਦੂਜਿਆਂ ਦੀ ਵੀ ਕਰਨੀ ਚਾਹੀਦੀ ਹੈ, ਤਾਂ ਕਰਕੇ ਆਪਾਂ ਗੱਲ ਵੀ ਕੀਤੀ ਅਤੇ ਆਪਾਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰਾਂਗੇ। ਅਤੇ ਮੈਨੂੰ ਇਹ ਵੀ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਬਹੁਤ ਵਧੀਆ ਲੱਗੀ ਹੋਊਗੀ, ਅਤੇ ਫਿਰ ਆਪਾਂ ਹੁਣ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਅਤੇ ਪਰ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਨਵੇਂ ਵਿਊਰਸ ਆਏ ਨੇ, ਉਹਨਾਂ ਨੂੰ ਕਹਿੰਦੀ ਖਾਸ ਕਰ, ਅਤੇ ਜਿਹੜੇ ਪੁਰਾਣੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਮੇਰੇ ਨਾਲ ਇੰਨਾ ਜੁੜਨ ਦੇ ਲਈ, ਹੁਣ ਤੱਕ ਸਪੋਰਟ ਕਰਨ ਦੇ ਲਈ। ਅਤੇ ਹੁਣ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਤੁਸੀਂ ਰਹੋ ਹਮੇਸ਼ਾ ਹੱਸਦੇ ਅਤੇ ਵੱਸਦੇ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।